ਤੁਹਾਨੂੰ ਬਹੁਤ ਵਧੀਆ ਨੁਕਸਾ ਦੱਸਦਾ ਹੈ ਗੋਡੇ ਦਰਦਾਂ ਵਾਸਤੇ ਜਿਹੜੇ ਬਜ਼ੁਰਗ ਹੈ ਲੱਖਾਂ ਦੀ ਦਵਾਈਆਂ ਖਾ ਚੁੱਕੇ ਨੇ ਉਹਨਾਂ ਨੂੰ ਗੋਡੇ ਦਰਦ ਹੁੰਦੇ ਆ ਤਕਲੀਫ ਹੁੰਦੀ ਉੱਠਣ ਦੇ ਉਹਨਾਂ ਵਾਸਤੇ ਬਹੁਤ ਵਧੀਆ ਨੁਕਸਾ ਹੈ ਪੰਜ ਚੀਜ਼ਾਂ ਨੋਟ ਕਰ ਲਓ ਸੰਜਾ ਮਿੱਠੀਆਂ ਪਿਓਰ ਲੈਣੀਆਂ ਵਾਈਟ 100% ਬੋਲ ਲੈਣਾ ਬਿਲਕੁਲ ਸਾਫ ਮਾਲ ਜਿਹੜਾ ਸਾਡੇ ਕੋਲ ਹੀ ਮਿਲੇਗਾ ਕਿਸੇ ਕੋ ਨਹੀਂ ਮਿਲੇਗਾ ਅਸ਼ਵਗੰਧਾ 100% ਪਿਓਰ ਲੈਣੀ ਹੈ ਸੁੰਡ ਸਾਬਤ ਲੈਣੀ ਹੈ ਸ਼ੀਲਾ ਦੀ ਪਿਓਰ ਲੈਣੀ 100% ਪਿਓਰ ਲੈਣੀ ਸ਼ੀਲਾ ਜੀ ਤੇ ਸ਼ੁੱਧ ਗੁੱਗਲ ਇਸ ਤੋਂ ਬਾਅਦ ਸ਼ੁੱਧ ਗੁੱਗਲ ਇਹ ਪੰਜ ਚੀਜ਼ਾਂ ਨੂੰ ਇਕੱਠੇ ਮਿਕਸ ਕਰਨਾ ਹੈ ਸਾਬਤ ਫੜਨੀ ਹੈ ਇਹਨੂੰ ਮਿਕਸ ਕਰਨਾ ਹੈ ਇਹਨੂੰ ਗ੍ਰਾਈਂਡ ਕਰਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮੀ ਤੇ ਇੱਕ ਮਹੀਨਾ ਲਗਾਤਾਰ ਖਾਓਗੇ ਤੁਹਾਨੂੰ ਆਪੇ ਹੀ ਤੁਹਾਡੇ ਦਰਦ ਤੁਹਾਨੂੰ ਨਹੀਂ ਪਤਾ ਲੱਗਿਆ ਕਿੱਥੇ ਗਈ ਜਿੰਨਾ ਵੀਰਾਂ ਨੂੰ ਜਿਗਰ ਦੀ ਗਰਮੀ ਹੈ ਲੀਵਰ ਦੀ ਗਰਮੀ ਹੈ ਉਹਨਾਂ ਵਾਸਤੇ ਬਹੁਤ ਵਧੀਆ ਨੁਕਸਾ ਹੈ ਚਾਰ ਦਾਣੇ ਆਲੂ ਬੁਖਾਰੇ ਲੈਣੇ ਹੈ ਮਿੱਟੀ ਦੇ ਕੁੱਜਾ ਲੈਣਾ ਹੈ ਚਾਰ ਦਾਣੇ ਮਿੱਟੀ ਦੇ ਕੁੱਜੇ 'ਚ ਪਾਣੇ ਆਲੂ ਬੁਖਾਰੇ ਦੇ ਚਾਰ ਦਾਣੇ ਇਮਲੀ ਦੇ ਪਾਣੇ ਹੈ ਤੇ ਨਾਲ ਮਿਸ਼ਰੀ ਪਾਣੀ ਹੈ ਕੁੱਜੇ ਵਾਲੀ ਲੈਣੀ ਹੈ ਦੂਸਰੀ ਮਿਸ਼ਰੀ ਕੋਈ ਨਹੀਂ ਲੈਣੀ ਹੈ ਇੱਕ ਗਲਾਸ ਪਾਣੀ ਇਹਨੂੰ ਰਾਤੀ ਪਿਉਣਾ ਹੈ ਤੇ ਸਵੇਰੇ 9 ਵਜੇ ਇਹਨੂੰ ਪੀਣਾ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਜਿਗਰ ਦੀ ਗਰਮੀ ਗਈ ਕਿੱਥੇ ਹੈ ਇੱਕ ਵਾਰੀ ਜ਼ਰੂਰ ਇਹ ਟਰਾਈ ਕਰਨਾ ਮੇਰੇ ਕਹਿਣ ਤੇ ਤੁਹਾਡੀ ਜਿਗਰ ਦੀ ਗਰਮੀ ਹੋਏ ਲੀਵਰ ਦੀ ਗਰਮੀ ਹੋਏ ਜਿਹਨੂੰ ਪੀ ਲਿਆ ਹੋਵੇ ਇਹਨੇ ਠੀਕ ਕਰ ਦੇਣਾ ਹੈ ਜਿੰਨਾ ਵੀਰਾਂ ਨੂੰ ਭੈਣਾਂ ਨੂੰ ਮਾਵਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਸ਼ੂਗਰ ਦੇ ਕਾਰਨ ਉਹ ਬਹੁਤ ਤੰਗ ਨੇ ਉਹਨਾਂ ਵਾਸਤੇ ਬਹੁਤ ਵਧੀਆ ਨੁਕਸਾ ਹੈ ਮੈਂ ਦੱਸਣਾ ਜਾ ਰਿਹਾ ਜਾਮੁਨ ਬਿਲਕੁਲ ਸਾਫ ਸੁਥਰੇ ਲੈਣੇ ਹੈ A1 ਕੁਆਲਿਟੀ ਦੇ ਦੇਖੋ ਇੱਕ ਇੱਕ ਦਾਣਾ ਸਿਲੈਕਟਿਡ ਹੈ ਕੋਈ ਚੂਰਾ ਨਹੀਂ ਕੋਈ ਪਾਊਡਰ ਨਹੀਂ ਫਿਰ ਨਿੰਮ ਪੱਤੇ ਬਿਲਕੁਲ ਸਾਫ ਲੈਣੇ ਨੇ ਜੀਰੀ ਕਾਲੀ ਬੀ ਮੇਥੀ ਸੀਡਸ ਜਿਹਨੂੰ ਕਹਿੰਦੇ ਨੇ ਫਿਰ ਕੁਟਕੀ ਬਹੁਤ ਵਧੀਆ ਲੈਣੀ ਹੈ ਸਾਫ ਸੁਥਰੀ ਲੈਣੀ ਹੈ ਬੋਲਡ ਲੈਣੀ ਹੈ ਬੋਲਡ ਇਹ ਕਰੇਲੇ ਨੇ ਕਰੇਲੇ ਵਧੀਆ ਤਰ੍ਹਾਂ ਪ੍ਰਕਾਰ ਦੇ ਲੈਣੇ ਨੇ ਇੰਦਰ ਜੋ ਕੜਵਾ ਜੋ ਬਹੁਤ ਫੇਮਸ ਆਈਟਮ ਹੈ ਸਾਡੇ ਸ਼ੂਗਰ ਦੇ ਵਿੱਚ ਤੇ ਬਿਲਕੁਲ ਸਾਫ ਸੁਥਰੇ ਲੈਣੇ ਹੈ ਇਹ ਚ ਇੰਦਰ ਜੋ ਮਿੱਠੇ ਵੀ ਆਉਂਦੇ ਕਈ ਮਿਕਸ ਕਰਕੇ ਵੇਚਦੇ ਨੇ ਲੈਣੇ ਪਰ ਪਿਓਰ ਇੰਦਰ ਜੋ ਕੜਵਾ ਫਿਰ ਗੁੜਮਾਰ ਹੈ ਇਹ 10-15 ਆਈਟਮਾਂ ਹੈ ਜਿਹੜੀ ਆਪਾਂ ਮਿਕਸ ਕਰਕੇ ਆਪਾਂ ਨੁਕਸ਼ਾ ਤਿਆਰ ਕਰੀਦਾ ਹੈ ਸ਼ੂਗਰ ਵਾਸਤੇ ਸ਼ੂਗਰ ਦੇ ਵੀਰਾਂ ਵਾਸਤੇ ਸ਼ੂਗਰ ਦੇ ਭੈਣਾਂ ਵਾਸਤੇ ਇਹ ਸਾਰੀਆਂ ਹੀ ਆਈਟਮਾਂ ਇੱਕ ਵਾਰੀ ਵਰਤ ਕੇ ਦੇਖੋ ਤੁਸੀਂ ਯੂਜ਼ ਕਰੋ ਇਹਨੂੰ ਤੁਹਾਨੂੰ ਕਿਸੇ ਵੀ ਜੜੀ ਬੂਟੀਆਂ ਦੀ ਸ਼ਾਪ ਤੇ ਪੰਸਾਰੀ ਦੀ ਸ਼ਾਪ ਤੇ ਮਿਲ ਸਕਦੀ ਹੈ ਪਰ ਲੈਣੀ ਗੁੱਡ ਕੁਆਲਿਟੀ ਦੀ ਹੈ ਵਧੀਆ ਕੁਆਲਿਟੀ ਦੀ ਸਾਫ ਸੁਥਰੀ ਚੀਜ਼ ਲੈਣੀ ਹੈ ਜਿਹੜੀ ਸਾਡੇ ਕੋਲ ਹਮੇਸ਼ਾ ਹਰ ਵੇਲੇ ਆਪਣੇ ਮਾਰਕੀਟ 'ਚ ਅਵੇਲੇਬਲ ਹੁੰਦੀ ਹੈ ਇਹ ਲੁਗਾਨੀ ਮਾਰਕਾ ਆਪਣਾ ਆਂਦਾ ਹੈ ਜਿਸ ਸਾਫ ਸੁਥਰੀ ਆਈਟਮ ਜੜੀ ਬੂਟੀ ਹਰ ਤਰ੍ਹਾਂ ਦੀ ਅਸਲੀ ਪ੍ਰਕਾਰ ਦੀ ਮਿਲੇਗੀ ਹੈਲੋ ਫਰੈਂਡ ਆਪਕਾ ਸਵਾਗਤ ਹੈ ਜੀ ਹਮਾਰੇ ਫੂਡ ਲਵਰ ਪੇਜ ਪਰ ਔਰ ਆ ਮੇਰੇ ਸਾਹਮਣੇ ਫਰੈਂਡ ਜੇ ਸਵਾਖ ਮੰਡੀ ਚੌਂਕ ਦੇਖ ਸਕਦੇ ਹੋ ਜੀ ਅੰਮ੍ਰਿਤਸਰ ਮੇ ਔਰ ਉਸਕੇ ਬਿਲਕੁਲ ਸਾਹਮਣੇ ਹੈ ਜੀ ਰਾਮ ਸਿੰਘ ਪੰਸਾਰੀ ਤੋ ਫਰੈਂਡ ਅਗਰ ਆਪ ਆਯੁਰਵੈਦਿਕ ਸਮਾਨ ਲੈਣਾ ਚਾਹਤੇ ਹੋ ਨਾ ਜੜੀ ਬੂਟੀਆਂ ਤੋ ਆਪ ਇੱਕ ਵਾਰ ਇਨਕੇ ਪਾਸ ਜ਼ਰੂਰ ਟਰਾਈ ਕਰਨਾ ਜੀ ਜਿੰਨਾ ਲੋਕਾਂ ਨੂੰ ਕਾਲਾ ਪੀਲੀਆ ਹੈ ਪੀਲੀਆ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਨਿਰੰਜਨ ਫਲ ਇਹਨੂੰ ਯੂਜ਼ ਕਿਤਨਾ ਕਰਨਾ ਹੈ ਮੈਂ ਤੁਹਾਨੂੰ ਦੱਸਦਾ ਇੱਕ ਦਾਣਾ ਲੈਣਾ ਹੈ ਇਹਦਾ ਰੋਜ਼ 15-20-25 ਦਿਨ ਯੂਜ਼ ਕਰਨਾ ਹੈ ਇਹਨੂੰ ਮਿੱਟੀ ਦੇ ਕੁੱਜੇ ਚ ਇਹਨੂੰ ਰਾਤੀ ਪਿਉਣਾ ਤੇ ਸਵੇਰੇ ਇਹਦੀ ਪੂਰਾ ਫੁੱਲ ਜਾਏਗਾ ਇਹਦੀ ਗਿਰੀ ਖਾਣੀ ਹੈ ਨਾਲ ਪੁਣ ਕੇ ਪਾਣੀ ਪੀ ਲੈਣਾ ਇਹ 20-25 ਦਿਨ ਯੂਜ਼ ਕਰੋਗੇ ਤੁਹਾਡਾ ਕਾਲਾ ਪੀਲੀਆ ਬਿਲਕੁਲ ਠੀਕ ਹੋ ਜਾਏਗਾ ਜਿਹੜੇ ਬਜ਼ੁਰਗਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਦਰਦਾਂ ਰਹਿੰਦੀਆਂ ਨੇ ਗੋਡੇ ਦਰਦ ਹੁੰਦੇ ਨੇ ਜੁਆਇੰਟ ਪੇਨਸ ਹੁੰਦੀਆਂ ਨੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਮਾਲਕੰਗਨੀ ਹੈ ਮਾਲਕੰਗਨੀ ਇਹਨੂੰ ਯੂਜ਼ ਕਿਤਨਾ ਕਰਨਾ ਹੈ ਮਾਲਕੰਗਨੀ ਦਾ ਤੇਲ ਇਹਦਾ ਤੇਲ ਕੱਢਣਾ ਹੈ ਤੇਲ ਕੱਢ ਕੇ ਵੈਸੇ ਸਾਡੇ ਕੋਲ ਵੀ ਅਵੇਲੇਬਲ ਹੈ ਪਿਓਰ 100% ਪਿਓਰ ਮਾਲਕੰਗਨੀ ਦਾ ਤੇਲ ਹੈ ਇਹਨੂੰ ਯੂਜ਼ ਕਿਤਨਾ ਕਰਨਾ ਹੈ ਇਹਨੂੰ ਜਿੱਥੇ ਦਰਦ ਹੈ ਉੱਥੇ ਤੁਸੀਂ ਲਗਾ ਲੈਣਾ ਹੈ ਤੇ 1 ਮਹੀਨਾ ਲਗਾਓਗੇ ਤੁਹਾਡੀ ਦਰਦਾਂ ਬਿਲਕੁਲ ਠੀਕ ਹੋ ਜਾਣਗੀਆਂ ਤੋ ਫਰੈਂਡ ਅਗਰ ਆਪ ਅੰਮ੍ਰਿਤਸਰ ਮੇ ਆਯੁਰਵੈਦਿਕ ਸਮਾਨ ਲੈਣਾ ਚਾਹਤੇ ਹੋ ਨਾ तो आप एक बार इनके पास ज़रूर ट्राई करना जी जे आप मेरे सामने फ्रेंड स्वांख मंडी चौक देख सकते हो जी और उसके बिल्कुल सामने हमारे पाजी की दुकान है ये हमारे पाजी देख लो जी ये बहुत ही बढ़िया काम कर रहे हैं जी अमृतसर में तो आप फ्रेंड एक बार इनके पास ज़रूर ट्राई करना तो अगर आपको ये वीडियो अच्छी लगे तो प्लीज़ इसे लाइक और शेयर कीजिएगा और हमारे फूड लवर पेज को फॉलो कीजिएगा थैंक यू